ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਹੈ ਰੂਹਾਨੀ ਪਰਵਿਰਤੀ ਜਿਸ ਨੂੰ ਕਈ ਅੰਕਾਂ ਵਿੱਚ ਆਪ ਜੀ ਨੇ ਕਲਮ ਬੰਦ ਕੀਤਾ ਹੈ ਅ ਉਸ ਦਾ ਦੂਸਰਾ ਹਿੱਸਾ ਸ਼੍ਰਵਣ ਕਰਨ ਦੀ ਕੋਸ਼ਿਸ਼ ਕਰਿਏ ਜੀ ਇਸ ਹਿੱਸੇ ਦਾ ਸਿਰਲੇਖ ਹੈ ਦੂਰ ਦੁਰਾਡਾ ਅਜ ਇਸ ਤਰ੍ਹਾਂ ਸਭ ਧਰਮ ਮਰ ਰਹੇ ਹਨ ਉਰਾਤਨ ਰੱਬੀ ਗਿਆਨ ਉਸ ਜ਼ਾਲਮ ਸ਼ੀਵਾਂਗ ਸੜ ਕੇ ਸਵਾ ਹੋ ਰਿਹਾ ਹੈ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਨੂੰ ਸਭ ਲਈ ਅੱਜ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ ਹਾਂਜੀ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਨੂੰ ਸਭ ਲਈ ਅੱਜ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ ਮਨੁੱਖਾਂ ਦੀ ਬਹੁ ਗਿਣਤੀ ਕਈ ਯੁਗਾਂ ਤੱਕ ਭੂਤ ਦੇ ਅੰਧੇਰੇ ਵਿੱਚ ਹੀ ਜੀਵਨ ਗੁਜ਼ਾਰ ਜਾਂਦੀ ਹੈ ਅੱਜ ਦੀ ਰੋਸ਼ਨੀ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਲਈ ਸਮਾਂ ਲੈਂਦੀ ਹੈ। ਥੋੜੇ ਹੀ ਇਹ ਸੰਸਾਰਕ ਹਨੇਰੇ ਨੂੰ ਪਾਰ ਕਰ ਸਕੇ ਹਨ। ਪਸ਼ੂ ਰੂਪੀ ਮਨੁੱਖਤਾ ਦਾ ਜਲੂਸ ਬਹੁਤ ਲੰਮਾ ਹੈ। ਅਗਲਾ ਸਿਰਾ ਅਤੇ ਜਿੱਥੋਂ ਇਸ ਤੇ ਸਵਰਗੀ ਰੋਸ਼ਨੀ ਪੈਂਦੀ ਹੈ ਸਾਰਿਆਂ ਦੀ ਨਜ਼ਰ ਤੋਂ ਪਰੇ ਹੈ। ਅਤੇ ਪਿਛਲਾ ਇਸ ਜੋ ਸਦਾ ਪਿੱਛੇ ਵੱਲ ਨੂੰ ਝਾਕਦਾ ਹੈ ਅਜੇ ਵੀ ਹਨੇਰੇ ਵਿੱਚ ਹੈ। ਇਸ ਅਗਲੇ ਤੇ ਪਿਛਲੇ ਸਿਰਿਆਂ ਵਿਚਾਲੇ ਅਣਗਿਣਤ ਵਿਚਾਰ ਤਾਰਾਵਾਂ ਹਨ ਅਤੇ ਅਣਗਿਣਤ ਮਨੁੱਖ ਸੱਚ ਦੀ ਆਪਣੀ ਨਾਭੀ ਵਿੱਚੋਂ ਭਾਲ ਕਰ ਰਹੇ ਹਨ ਇਹ ਕਹਿਣਾ ਗਲਤ ਹੈ ਕਿ ਸਾਰੇ ਰਾਹ ਮੈਨੂੰ ਪਹੁੰਚਦੇ ਹਨ ਸਾਰੇ ਮਾਰਗ ਮਨੁੱਖੀ ਉੰਟੀ ਦੇ ਸਿੱਧੇ ਮਾਰਗ ਤੋਂ ਖੜੇ ਕੌਣਤੇ ਹਨ ਉਹ ਸਾਰੇ ਮੇਰੇ ਤੋਂ ਦੂਰ ਲੈ ਜਾ ਰਹੇ ਹਨ ਅਗਿਆਨੀਆਂ ਨਾਲ ਸਹਿਮਤ ਹੋਣ ਤੇ ਇਹ ਕਹਿਣਾ ਵਿਅਰਥ ਹੈ ਕਿ ਅਘੇਰੇ ਕਦਮ ਤਰਨ ਨਾਲ ਸਿੱਦਕ ਤੇ ਜ਼ੋਰ ਮਰ ਜਾਂਦਾ ਹੈ ਜਦੋਂ ਤੁਹਾਨੂੰ ਅੱਜ ਦੀ ਨਵੇਂ ਪੋ ਫੁਟਾਲੇ ਦੀ ਇਸ ਰੋਸ਼ਨੀ ਜੋ ਸਦੀਵੀ ਜਲੂਸ ਵਿੱਚ ਸਫ਼ਰ ਪਈ ਮਨੁੱਖਤਾ ਦੇ قافਲੇ ਦੇ ਪਹਿਲੇ ਹੂਠ ਤੇ ਪੈਂਦੀ ਹੈ ਸੰਬੰਧੀ ਸਹੀ ਨਜ਼ਰੀਏ ਦਾ ਚਲਕਾਰਾ ਮਿਲਦਾ ਹੈ ਤੁਸੀਂ ਸੁਭਾਵਕ ਤੌਰ ਤੇ ਸਹਿਜੇ ਹੀ ਔਰ ਸਾਰੇ ਨਜ਼ਰੀਏ ਸੁੱਟ ਪਾਉਂਦੇ ਹੋ ਜਿਵੇਂ ਜਦੋਂ ਤੁਹਾਡੇ ਤੇ ਨੀਂਦਰ ਗਾਲਬ ਆ ਜਾਵੇ ਤੁਹਾਡੇ ਹੱਥ ਆਪਣੇ ਆਪ ਢਿਲਕ ਜਾਂਦੇ ਹਨ ਉਸੇ ਤਰ੍ਹਾਂ ਜਦੋਂ ਸੱਚ ਦਾ ਗਿਆਨ ਹੁੰਦਾ ਹੈ ਬਾਕੀ ਦੀਆਂ ਸਭ ਪ੍ਰਣਾਲੀਆਂ ਲੋਪ ਹੋ ਜਾਂਦੀਆਂ ਹਨ ਇਹ ਅਸਲ ਧਾਰਮਿਕ ਅਤੇ ਰੂਹਾਨੀ ਚੇਤਨਤਾ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਅਜਿਹੀ ਕਿਸਮ ਦੇ ਨਿਜੀ ਵਿਚਾਰ ਬਾਰੇ ਅਜੇ ਮਨੁੱਖਾਂ ਦੇ ਜਿਨ੍ਹਾਂ ਉਹ ਛੱਬ ਨਹੀਂ ਵੇਖੀ ਅਸੰਖਈ ਵਿਚਾਰ ਤੇ ਵਿਚਾਰਤਾ ਰਾਵਾਂ ਹੋ ਸਕਦੀਆਂ ਹਨ ਪਰ ਜਿਨ੍ਹਾਂ ਵੇਖ ਲਈ ਹੈ ਉਹਨਾਂ ਲਈ ਤਾਂ ਉਸ ਤੱਕ ਪਹੁੰਚਣ ਤੱਕ ਦਾ ਇੱਕੋ ਇੱਕ ਮਾਰਗ ਹੈ ਸਭ ਤੋਂ ਅਗਲੇ ਸਿਰੇ ਤੇ ਅਗਦੀ ਰੋਸ਼ਨੀ ਹੈ ਅਤੇ ਇਹ ਹੁਣੇ ਹੀ ਜਨਮੀ ਨਵੀਂ ਅਤੇ ਤਾਜ਼ਾ ਹੈ ਪਰ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਇਹ ਬਹੁਤ ਦੂਰ ਪਾਸ ਦੀ ਹੈ ਬਿਲਕੁਲ ਇੱਕ ਵਿਸ਼ਵਾਸ ਵਰਗੀ ਮੈਂ ਸਿੱਖ ਗੁਰੂ ਸਾਹਿਬਾਨ ਦੀਆਂ ਲਿਖਤਾਂ ਵਿੱਚ ਸੱਚ ਸੰਬੰਧੀ ਲਾਮੇ ਦੇ ਸਾਰੇ ਦ੍ਰਿਸ਼ਟੀਕੋਣਾਂ ਨੂੰ ਖਾਰਜ ਕੀਤਾ ਵੇਖਦਾ ਹਾਂ ਗੁਰੂ ਗੋਬਿੰਦ ਸਿੰਘ ਨੇ ਸਾਰੇ ਦੇਵੀ ਦੇਵਤਿਆਂ ਨੂੰ ਅਕਾਲ ਉਸਤਤ ਵਿੱਚ ਨਹੀਂ ਆਉਣ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਰੇ ਧਰਮਾਂ ਤੇ ਮਨੁੱਖ ਦੀਆਂ ਬਣਾਈਆਂ ਸਦਾਚਾਰਕ ਪ੍ਰਣਾਲੀਆਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ ਇੰਨੀ ਜਲਦੀ ਇਹਨਾਂ ਨੂੰ ਪਰੇ ਲਾਭ ਵਗਾਉਣਾ ਇਨ ਪ੍ਰਤੀਤ ਹੁੰਦਾ ਹੈ ਕਿ ਗੁਰੂ ਦੇ ਬਚਨਾਂ ਵਿੱਚ ਟੁੱਟਦੇ ਤਾਰੇ ਵਰਗਾ ਜਲੋ ਹੈ ਵੇਖੋ ਜਿਵੇਂ ਗੁਰੂ ਨਾਨਕ ਰਾਹ ਦੇ ਲਾਮੇ ਦੇ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਆਸਾ ਦੀ ਵਾਰ ਵਿੱਚ ਚੜ੍ਹਦੇ ਸੂਰਜ ਨੂੰ ਛੋਂਦਾ ਹੈ ਗੁਰੂ ਰਾਮਦਾਸ ਇੱਕੋ ਨਾਮ ਵਿੱਚ ਸਭ ਨੂੰ ਤਿਆਗ ਦਿੰਦਾ ਹੈ ਉਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਅਦੁੱਤੀ ਸਿਫਤ ਸਲਾਹਾਂ ਹੀ ਕਰਦੇ ਹਨ روحانی चेतनता ਦਾ ਇੱਕ ਮਹਾਨ ਚਮਤਕਾਰ ਹੈ ਕਿ ਸਾਰੀਆਂ ਤਥਾ ਕਥਿਤ ਧਾਰਮਿਕ ਅਤੇ ਦਾਰਸ਼ਨਿਕ ਪ੍ਰਣਾਲੀਆਂ ਨੂੰ ਤਿਆਗ ਦਿੱਤਾ ਗਿਆ ਹੈ। ਉਸ ਨਿਰੰਕਾਰ ਸੰਬੰਧੀ ਗਿਆਨ ਦੇਣ ਵਾਲੀ ਹਰ ਪ੍ਰਣਾਲੀ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਗੁਰੂ ਹੀ ਨੂਰ ਹੈ ਅਤੇ ਉਸ ਦੀ ਪ੍ਰਾਪਤੀ ਦਾ ਵਸੀਲਾ ਹੈ। ਸਾਰੇ ਪੁਰਾਣੇ ਬ੍ਰਾਹਮਣੀ ਧਰਮਕ ਅਤੇ ਸ਼ਾਸਤਰੀ ਵਾਤਾਵਰਣ ਨੂੰ ਦਿਨ ਦੇ ਚਟਾਕ ਚਾਨਣੇ ਵਿੱਚੋਂ ਕੋਪ ਹਨੇਰਾ ਸਮਝ ਕੇ ਤਿਆਗ ਦਿੱਤਾ ਗਿਆ ਸਾਰੇ ਕਲਾਸਕੀ ਝੁਕਾਓ ਅੱਜ ਦੇ ਪੁਜਾਰੀਆਂ ਦੇ ਤਿਆਗ ਮਨੋਤਾ ਅਤੇ ਬ੍ਰਹਮਚਾਰੀ ਜੀਵਨ ਅਤੇ ਸਾਰੇ ਯੋਗਾ ਨੂੰ ਤਲਵਾਰ ਦੀ ਧਾਰ ਤੇ ਲਿਆਂ ਪਰਖਿਆ ਛੁਣਛੁਣੇ ਪੀਪਿਆਂ ਵਰਗੇ ਦੇਵਤਿਆਂ ਨੂੰ ਬਾਹਰ ਸੁੱਟ ਦਿੱਤਾ ਇਹੀ ਗੁਰੂ ਗ੍ਰੰਥ ਹੈ ਅਤੇ ਇਹੀ ਗੁਰੂ ਗੋਬਿੰਦ ਸਿੰਘ ਦੀ ਅਕਾਲ ਉਸਤਤ ਦਾ ਵਿਸ਼ਾ ਹੈ ਤੁਸੀਂ ਵੇਖੋਗੇ ਕਿ ਜਿਹੜਾ ਵੀ ਗੁਰਨਾਨਕ ਪਾਸ ਆਇਆ ਉਸ ਅਨੰਤ ਦੀ ਇੱਕ ਮੁਸਕਣੀ ਨਾਲ ਹੀ ਆਪਣੇ ਨਜ਼ਰੀਏ ਨੂੰ ਭੁੱਲ ਗਿਆ ਅਤੇ ਆਉਣ ਵਾਲਾ ਅੱਖ ਝਪਕੇ ਵਿੱਚ ਹੀ ਨਵੇਂ ਧਰਮ ਦੇ ਸਮੁੰਦਰ ਵਿੱਚ ਡੁੱਬ ਗਿਆ ਇਹ ਸਭ ਕੁਝ ਇੱਕ ਚਲਕਾਰੇ ਵਿੱਚ ਹੀ ਹੋ ਗਿਆ ਜਿਵੇਂ ਸੁਪਨਾ ਆਇਆ ਹੋਵੇ ਗੁਰੂ ਜੀ ਦੀ ਇੱਕ ਮੁਸਕਣੀ ਕਕੜੀ ਨਾਲ ਹੀ ਸੱਚ ਮੁਝ ਗੁਰੂ ਨਾਨਕ ਦੇ ਬੁੱਲ ਨਹੀਂ ਹਿੱਲੇ ਉਹ ਜੀਵ ਦਾ ਪੈਗਾਮ ਸ਼ਬਦਾਂ ਰਾਹੀਂ ਨਹੀਂ ਦਿੱਤਾ ਜਾ ਸਕਦਾ ਜ਼ਬਾਨ ਤੋਂ ਚਾਰੇ ਸ਼ਬਦਾਂ ਰਾਹੀਂ ਤਾਂ ਰਾ ਜਾਂਦੇ ਵਕ ਵਕ ਦ੍ਰਿਸ਼ਟੀਕੋਣਾ ਸੰਬੰਧੀ ਬੈਸ ਹੀ ਕੀਤੀ ਜਾ ਸਕਦੀ ਹੈ ਜਦੋਂ ਮਨੁੱਖ ਹੀਟਲੀ ਵਾਦੀ ਦਾ ਉਪਰੋਂ ਨਜ਼ਾਰਾ ਲੈਣ ਲਈ ਪਹਾੜਾਂ ਤੇ ਚੜਦਾ ਹੈ ਅਜਿਹਾ ਹੀ ਉਸ ਨੂੰ ਗੁਰੂ ਨੂੰ ਮਿਲ ਕੇ ਮਹਿਸੂਸ ਹੁੰਦਾ ਹੈ ਗੁਰੂ ਨਾਨਕ ਇਸ ਤਰ੍ਹਾਂ ਬ੍ਰਾਹਮਣਾਂ ਦੇ ਬ੍ਰਹਮਾ ਵਾਂਗ ਬੋਧਕਵਾਦ ਵਿਵਾਦ ਦਾ ਵਿਸ਼ਾ ਬਣਾਏ ਜਾਣ ਤੋਂ ਗੁਰੇਸ਼ ਕਰਦੇ ਹਨ ਉਹ ਤਾਲਬ ਨੂੰ ਅਹਿਸਾਸ ਦੀਆਂ ਡੂੰਘਾਈਆਂ ਵਿੱਚ ਲੈ ਜਾਂਦੇ ਹਨ ਜਿੱਥੇ ਜ਼ਬਾਨ ਬੰਦ ਹੋ ਜਾਂਦੀ ਹੈ ਅਤੇ ਹਰ ਸੋਚਣੀ ਉਸਰਾਪਾ ਹੁਸਨ ਦਾ ਪੈਗਾਮ ਦਿੰਦੀ ਹੈ ਗੁਰੂ ਨਾਨਕ ਆਪ ਹੀ ਸਿੱਖ ਦਾ ਧਰਮ ਹੈ ਪਾਈ ਲੈਣੇ ਨੇ ਉਸ ਵਿੱਚੋਂ ਕੀ ਡਿਠਾ ਉਸ ਨੂੰ ਵੇਖ ਲੈਣ ਪਿੱਛੋਂ ਉਸ ਦੇ ਨੇਤਰ ਖੁੱਲਣ ਅਤੇ ਕਿਸੇ ਹੋਰ ਨੂੰ ਵੇਖਣ ਦੀ ਇੱਛਾ ਨਹੀਂ ਸੰਰਖਦੇ ਗੁਰੂ ਨਾਨਕ ਪ੍ਰਤੀ ਪਾਈ ਲੈਣੇ ਦੀ ਆਸਥਾ ਜਗਮਗਾnde ਤਾਰੇ ਵਰਗੀ ਹੈ ਅਤੇ ਗੁਰੂ ਅਮਰਦਾਸ ਕਦੇ ਗੁਰੂ ਅੰਗਦ ਦੇ ਵਲ ਕੰਢ ਨਹੀਂ ਕਰਦੇ ਸਗੋਂ ਪੁੱਠੇ ਪੈਰੀ ਖਡੂਰ ਤੋਂ ਗੋਇੰਦਵਾਲ ਜਾਂਦੇ ਹਨ ਪਿਛਲੇ ਦਿਨ ਮੈਂ ਇੱਕ ਸਿੱਖ ਪ੍ਰਚਾਰਕ ਨੂੰ ਬੜੇ ਫੈਸ਼ਨ ਭਰੇ ਅੰਦਾਜ਼ ਵਿੱਚ ਇੱਕ ਲੈਕਚਰ ਵਿੱਚ ਸੰਗਤਾਂ ਵਿੱਚ ਇਹ ਐਲਾਨ ਕਰਦਿਆਂ ਸੁਣਿਆ ਕਿ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ ਉਸ ਨੂੰ ਕੀ ਪਤਾ ਕਿ ਅਜੇ ਆਹਿਸਾਸ ਗੁਰੂ ਅਮਰਦਾਸ ਤੇ ਹੀ ਖਤਮ ਸੀ ਅਤੇ ਇਹ ਹੋਰ ਕਿਸੇ ਦੇ ਵੀ ਹਿੱਸੇ ਨਹੀਂ ਆਇਆ ਆਪਣੇ ਮਹਿਬੂਬ ਪ੍ਰਤੀ 17 ਸਾਲ ਦੇ ਬਜ਼ੁਰਗ ਵਿੱਚ ਝਲਕਦੇ ਪਿਆਰ ਦੀ ਤੀਬਰਤਾ ਦੀ ਸੰਪੂਰਨਤਾ ਇਹ ਮਨੁੱਖਾਂ ਵਿਚਾਲੇ ਚੱਕਰ ਲਾ ਰਹੇ ਗ੍ਰਹਾਂ ਵਰਗੀ ਖਿੱਚ ਉਸ ਦੀ ਦੀਦਾ ਦਲੇਰੀ ਵਿੱਚ ਬ੍ਰਹਿਮੰਡੀ ਹੈ ਉਹ ਲੱਕੜੀ ਦੀ ਕਿਲੀ ਜਿਸ ਨੂੰ ਫੜ ਕੇ ਗੁਰੂ ਅਮਰਦਾਸ ਖੜੇ ਰਹਿ ਕੇ ਆਪਣੇ ਪਿਆਰੇ ਨੂੰ ਯਾਦ ਕਰਦੇ ਸਨ ਜਿੰਨਾ ਚਿਰ ਕਿ ਉਹ ਕਿਲੀ ਉਹਨਾਂ ਦੇ ਨਿਤ ਫੜਦੇ ਰਹਿਣ ਕਾਰਨ ਟੁੱਟ ਨਹੀਂ ਗਈ ਉਸ ਪਿਆਰੇ ਦੀ ਯਾਦ ਦੀ ਬੇਖੁਦੀ ਦਾ ਚਿੰਨ ਹੈ ਜਿੰਨਾ ਚਿਰ ਸਰੀਰ ਕਾਇਮ ਹੈ ਉਸ ਨੂੰ ਹਾਜ਼ਰਾ ਹਜ਼ੂਰ ਮੂਰੇ ਪੂਰੀ ਸ਼ਰਧਾ ਨਾਲ ਖੜੇ ਰਹਿਣ ਲਈ ਉਸ ਟੇਕ ਦੀ ਲੋੜ ਸੀ ਉਸ ਦਾ ਧਰਮ ਗੁਰੂ ਨਾਨਕ ਹੈ ਰੂਹਾਨੀ ਪਰਵਿਰਤੀ ਉਹ ਅਹਿਸਾਸ ਹੈ ਜੋ ਗੁਰੂ ਦੀ ਮਿਹਰ ਵਿੱਚੋਂ ਜਨਮਦਾ ਹੈ ਸ਼ਾਂਤੀ ਅਤੇ ਪਿਆਰ ਦੀਆਂ ਉੱਚੀਆਂ ਮੰਜ਼ਲਾਂ ਤੇ ਇਸ ਅਹਿਸਾਸ ਅਰਥਾ ਜੀਵਨ ਮੁਕਤ ਲੋਕਾਂ ਪ੍ਰਤੀ ਰੂਹਾਨੀ ਚੁਕਾਅ ਤੋਂ ਛੁੱਟ ਮਨੁੱਖ ਦੀ ਕੋਈ ਹੋਰ ਚੀਜ਼ ਨਹੀਂ ਪੁੱਜਦੀ ਇਹ ਪਰਵਿਰਤੀ ਹੀ ਰੂਹ ਹੈ ਇਸ ਨੂੰ ਜ਼ਬਾਨ ਨਹੀਂ ਲੱਗੀ ਇਹ ਉਸ ਦੇ ਪਿਆਰ ਪ੍ਰਤੀ ਸਭ ਇੰਦਰੀਆਂ ਦੀ ਯਕਸੁਈ ਹੈ ਜਿਵੇਂ ਕੁੱਤਾ ਦੌੜ ਕੇ ਮਾਲਕ ਨੂੰ ਜਾ ਚਿੰਬੜਦਾ ਹੈ ਇਸ ਤਰ੍ਹਾਂ ਸਿੱਖ ਦਾ ਸਮੁੱਚਾ ਆਪਾ ਉਸ ਦੇ ਅਰਥਾਤ ਗੁਰੂ ਪ੍ਰਤੀ ਗੁੰਗੇ ਅਹਿਸਾਸ ਵਿੱਚ ਕੇਂਦਰਿਤ ਹੈ ਉਸ ਦੀ ਸੰਗੀਤਾਤਮਕ ਨਜ਼ਰ ਇਸ ਪ੍ਰਵਿਰਤੀ ਨੂੰ ਕਾਇਮ ਰੱਖਦੀ ਹੈ ਸਾਡੇ ਵਿੱਚੋਂ ਕਿੰਨਿਆਂ ਕੋ ਨੂੰ ਉਦੋਂ ਇਹ ਸਾਸ ਪ੍ਰਾਪਤ ਕੀਤਾ ਜਦੋਂ ਹਾਜ਼ਰਾ ਹਜ਼ੂਰ ਸਾਵੇਂ ਮੌਜੂਦ ਸਨ ਅਤੇ ਹੁਣ ਕਿੰਨੇ ਕੋਸ ਅਸੀਮ ਨੂੰ ਮਿਲਦੇ ਹਨ ਜਦੋਂ ਉਹ ਸ਼ਰੀਰ ਕਰਕੇ ਜਾ ਚੁੱਕੇ ਹਨ ਦੇਹ ਕਰਕੇ ਉਹਨਾਂ ਦੇ ਸਾਡੇ ਨਾਲ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਜੇ ਉਹ ਗੁਰੂ ਨਾਨਕ ਦੇ ਧਰਮ ਨੂੰ ਧਰਮ ਸ਼ਾਸਤਰੀ ਨਿਤਕਰਮ ਵਿੱਚ ਬਦਲ ਦੇਣ ਤਾਂ ਉਹ ਇਸ ਖੁੱਲੇ ਆਕਾਸ਼ ਨੂੰ ਲਖਨਵੀ ਮਿੱਟੀ ਦੇ ਭਾਂਡੇ ਦਾ ਰੂਪ ਦੇ ਰਹੇ ਹੋਣਗੇ ਉਹ ਤਾਂ ਕੇਵਲ ਦੂਰਦਰਸ਼ਤਾ ਦੀ ਕਮੀ ਅਤੇ ਰੂਹ ਦੇ ਸੰਪੂਰਨ ਦਿਵਾਲੀਏ ਪਣ ਕਾਰਨ ਹੀ ਪੀੜਤ ਹਨ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿੰਨਾ ਚਿਰ ਜੋ ਕੁਝ ਅਸਾਂ ਆਪਣਾ ਅਤੇ ਆਪਣੇ ਧਰਮ ਦਾ ਬਣਾਇਆ ਹੈ ਰੱਦ ਨਹੀਂ ਕਰ ਦਿੰਦੇ ਅਸੀਂ ਅਸੀਂ ਸਿੱਖ ਨਹੀਂ ਅਖਵਾ ਸਕਦੇ ਫਿਰ ਦੁਹਰਾ ਦਈਏ ਮੈਂ ਤੁਹਾਨੂੰ ਦੱਸਣਾ ਹਾਂ ਕਿ ਜਿੰਨਾ ਚਿਰ ਜੋ ਕੁਝ ਅਸਾਂ ਆਪਣਾ ਤੇ ਆਪਣੇ ਧਰਮ ਦਾ ਬਣਾਇਆ ਹੈ ਰੱਦ ਨਹੀਂ ਕਰ ਦਿੰਦੇ ਅਸੀਂ ਸਿੱਖ ਨਹੀਂ ਅਖਵਾ ਸਕਦੇ ਜੋ ਨਾਮ ਉਸਨੇ ਸਾਨੂੰ ਦਿੱਤਾ ਸੀ ਜਿੰਨਾ ਚਿਰ ਅਸੀਂ ਗੁਰੂ ਚੇਤਨਾ ਦੇ ਮਹਾਨ ਗ੍ਰਹਿਾਂ ਦੀ ਬ੍ਰਹਿਮੰਡੀ ਖਿੱਚਾਂ ਵਿੱਚ ਜਕੜੇ ਨਹੀਂ ਜਾਂਦੇ ਜਿੰਨਾ ਚਿਰ ਅਸੀਂ ਰੂਪ ਬਦਲ ਕੇ ਦੇਵਤੇ ਨਹੀਂ ਬਣ ਜਾਂਦੇ ਜਿਵੇਂ ਕਿ ਆਸਾ ਦੀ ਵਾਰ ਵਿੱਚ ਲਿਖਿਆ ਹੈ ਅਸੀਂ ਉਸ ਦੇ ਸਿੱਖ ਨਹੀਂ ਹੋ ਸਕਦੇ ਸਿੱਖਾਂ ਦੀ ਚਮਤਕਾਰੀ ਪ੍ਰੇਰਣਾ ਵਿੱਚ ਗੁਰੂ ਨਾਨਕ ਹੀ ਇੱਕੋ ਇੱਕ ਸਚਾਈ ਹੈ ਫਿਰ ਦੁਰਾਦਈ ਜਿਨ੍ਹਾਂ ਚਿਰ ਅਸੀਂ ਗੁਰੂ ਚੇਤਨਤਾ ਦੇ ਮਹਾਨ ਗ੍ਰਹਾਂ ਦੀਆਂ ਬ੍ਰਹਿਮੰਡੀ ਖਿੱਚਾਂ ਵਿੱਚ ਜਕੜੇ ਨਹੀਂ ਜਾਂਦੇ ਜਿਨ੍ਹਾਂ ਚਿਰ ਅਸੀਂ ਰੂਪ ਬਦਲ ਕੇ ਦੇਵਤੇ ਨਹੀਂ ਬਣ ਜਾਂਦੇ ਜਿਵੇਂ ਕਿ ਆਸਾ ਦੀ ਵਾਰ ਵਿੱਚ ਲਿਖਿਆ ਹੈ ਅਸੀਂ ਉਸ ਦੇ ਸਿੱਖ ਨਹੀਂ ਹੋ ਸਕਦੇ ਸਿੱਖਾਂ ਦੀ ਚਮਤਕਾਰੀ ਪ੍ਰੇਰਣਾ ਵਿੱਚ ਗੁਰੂ ਨਾਨਕ ਹੀ ਇੱਕੋ ਇੱਕ ਸਚਾਈ ਹੈ ਉਸ ਨੂੰ ਮਿਲਣ ਦਾ ਇੱਕੋ ਇੱਕ ਰਾਹ ਹੈ ਅਤੇ ਉਹ ਰਾਹ ਤਾਂ ਲੱਭਦਾ ਹੈ ਜਦੋਂ ਉਹ ਸਾਨੂੰ ਮਿਲਦਾ ਹੈ ਜਦੋਂ ਉਹ ਸਾਡੇ ਪਾਸ ਆਉਂਦਾ ਹੈ ਅਤੇ ਇਹ ਹੀ ਇੱਕ ਸੱਚ ਗੁਰੂ ਗ੍ਰੰਥ ਦੇ ਦਰਸ਼ਨਾਂ ਵਿੱਚ ਹੈ ਮਸੀਹ ਦੀ ਕਾਲੀ ਬੋਲੀ ਰਾਤ ਪਿਛੋਂ ਜਦੋਂ ਅਸੀਂ ਉਸ ਪੋ ਫੁਟਾਲੇ ਨਾਲ ਜੋ ਉਸ ਦੇ ਪਵਿੱਤਰ ਮਸਤਕ ਵਿੱਚੋਂ ਜਨਮ ਲੈਂਦਾ ਹੈ ਸਿੱਧੀਆਂ ਅੱਖਾਂ ਚਾਰ ਕਰਦੇ ਹਾਂ ਸਾਨੂੰ ਮਜ਼ਬ ਦਾ ਪਹਿਲਾ ਅਹਿਸਾਸ ਹੁੰਦਾ ਹੈ ਸਾਡੇ ਵਿੱਚੋਂ ਜਿਨ੍ਹਾਂ ਨੇ ਉਸ ਅਕਹਿ ਝਾਕ ਨੂੰ ਇੱਕ ਵਾਰੀ ਵੇਖ ਲਿਆ ਹੈ ਉਹ ਉਸ ਮਾਰਗ ਤੇ ਪੈ ਗਏ ਹਨ ਅਤੇ ਉਹ ਹੁਣ ਰਹਿ ਨਹੀਂ ਸਕਦੇ ਜੋ ਉਸਨ ਉਹਨਾਂ ਦੀ ਪ੍ਰਵਿਰਤੀ ਹੀ ਬਦਲ ਗਈ ਫਿਰ ਦੁਰਾਦੇ ਮਸੀਹਾ ਦੀ ਕਾਲੀ ਬੋਲੀ ਰਾਤ ਪਿਛੋਂ ਜਦੋਂ ਅਸੀਂ ਉਸ ਪੋ ਫੁਟਾਲੇ ਨਾਲ ਜੋ ਉਸ ਦੇ ਪਵਿੱਤਰ ਮਸਤਕ ਵਿੱਚੋਂ ਜਨਮ ਲੈਂਦਾ ਹੈ ਸਿੱਧੀਆਂ ਅੱਖਾਂ ਚਾਰ ਕਰਦੇ ਹਾਂ ਸਾਨੂੰ ਮਜ਼ਬਬ ਦਾ ਪਹਿਲਾ ਅਹਿਸਾਸ ਹੁੰਦਾ ਹੈ ਸਾਡੇ ਵਿੱਚੋਂ ਜਿਨ੍ਹਾਂ ਨੇ ਉਸ ਅਕਹਿ ਝਾਕ ਨੂੰ ਇੱਕ ਵਾਰੀ ਵੇਖ ਲਿਆ ਹੈ ਉਸ ਮਾਰਗ ਤੇ ਪੈ ਗਏ ਹਨ ਅਤੇ ਉਹ ਹੁਣ ਰਹਿ ਹੀ ਨਹੀਂ ਸਕਦੇ ਜੋ ਉਸਨ ਉਹਨਾਂ ਦੀ ਪ੍ਰਵਿਰਤੀ ਹੀ ਬਦਲ ਗਈ ਹੈ ਉਹ ਸੱਚੇ ਰੋਹਾਨੀ ਮਨੁੱਖ ਬਣ ਗਏ ਹਨ ਉਸ ਦੀ ਪ੍ਰਾਪਤੀ ਲਈ ਕੀਤੇ ਯਤਨ ਸਾਡੇ ਕਰਮ ਹਨ ਅਤੇ ਵਿਅਰਥ ਹਨ ਜੋ ਕੋ ਜੋ ਆਪਣੇ ਪਿਆਰ ਦਾ ਸਦਕਾ ਭੇਜਦਾ ਹੈ ਉਹ ਅਸਲੀ ਰੋਹਾਨੀ ਹੈ ਫਿਰ ਦੁਰਾ ਦੇਈਏ ਉਸ ਦੀ ਪ੍ਰਾਪਤੀ ਲਈ ਕੀਤੇ ਯਤਨ ਸਾਡੇ ਕਰਮ ਹਨ ਅਤੇ ਵਿਅਰਥ ਹਨ ਜੋ ਕੁਝ ਉਹ ਆਪਣੇ ਪਿਆਰ ਦਾ صدਕਾ ਭੇਜਦਾ ਹੈ ਉਹ ਅਸਲੀ ਰੋਹਾਨੀ ਹੈ ਕਰਮ ਅਨਾਤਮ ਹਨ ਇਹ ਬਾਹਰੀ ਸੰਸਾਰ ਵਿੱਚ ਵਿਛੜਦੇ ਹਨ ਉਸ ਦੀ ਮਿਹਰ ਆਤਮਕ ਹੈ ਮਨੁੱਖ ਦੀ ਇੱਕੋ ਇੱਕ ਰੋਹਾਨੀ ਹਕੀਕਤ ਰੋਹਾਨੀ ਮਨੁੱਖੀ ਉਹ ਫਸਲ ਕੱਢਦੇ ਹਨ ਜੋ ਉਹਨਾਂ ਨੇ ਨਹੀਂ ਬੀਜੀ ਇਹ ਮੰਡਲ ਤਾਂ ਸਾਡੇ ਕਰਮਾਂ ਵਿਚਾਰਿਆਂ ਅਤੇ ਉਹਨਾਂ ਦੀ ਮਾਰੂ ਗਿਣਤੀ ਤੋਂ ਪਰੇ ਦੀ ਗੱਲ ਹੈ ਬਹੁਤ ਹੀ ਗਹਿਰੀ ਵਿਚਾਰ ਹੈ ਆਓ ਪਿਆਰ ਨਾਲ ਫਿਰ ਸਰਵਣ ਕਰੀਏ ਕਿ ਕਰਮ ਅਨਾਤਮ ਹਨ ਇਹ ਬਾਹਰੀ ਸੰਸਾਰ ਵਿੱਚ ਵਿਚਰਦੇ ਹਨ ਉਸ ਦੀ ਮਿਹਰ ਆਤਮਕ ਹੈ ਮਨੁੱਖ ਦੀ ਇੱਕੋ ਇੱਕ ਰੂਹਾਨੀ ਹਕੀਕਤ ਰੂਹਾਨੀ ਮਨੁੱਖੀ ਉਹ ਫਸਲ ਕੱਢਦੇ ਹਨ ਜੋ ਉਹਨਾਂ ਨੇ ਨਹੀਂ ਬੀਜੀ ਇਹ ਮੰਡਲ ਤਾਂ ਸਾਡੇ ਕਰਮਾਂ ਵਿਚਾਰੇ ਆ ਅਤੇ ਉਹਨਾਂ ਦੀ ਮਾਰੂ ਗਿਣਤੀ ਤੋਂ ਪਰੇ ਦੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ